ਸੋ ਇੱਕ ਲੋਕ ਤੱਥ ਜੀ ਬਹੁਤ ਪਿਆਰਾ ਗੱਲਾਂ ਸੁਣਨ ਵਾਲੀਆਂ, ਜਿੰਨੇ ਟਾਈਮ ਇਹ ਸੈੱਟ ਕਰਦੇ ਮੈਂ ਤੁਹਾਨੂੰ ਗੱਲਾਂ ਸੁਣਾਉਣਾ। ਸੀ ਝੜੀ ਜਵਾਨੀ ਬਰਛੇ ਵਰਗੀ ਮਿਰਜੇ ਚੋਬਰ ਤੇ, ਸੀ ਝੜੀ ਜਵਾਨੀ ਬਰਛੇ ਵਰਗੀ ਮਿਰਜੇ ਚੋਬਰ ਤੇ, ਪਰ ਜਿੱਤ ਕੇ ਬਾਜ਼ੀ ਹਾਰ ਗਿਆ ਸੌਦੇ ਤਕਦੀਰਾਂ ਦੇ। ਉਹ ਸੁਦਾਮ ਹੁਸੈਨ ਵੀ, ਹੈਲੋ, ਸੁਦਾਮ ਹੁਸੈਨ ਵੀ ਇੱਕ ਦਿਨ ਮੁਲਕ ਦਾ ਰਾਜਾ ਸੀ। ਸੋ ਸਾਰੇ ਸੁਦਾਮ ਹੁਸੈਨ ਬਾਰੇ ਜਾਣਦੇ ਹੋ? ਪ੍ਰਾਹੁਣਾ ਜੀ ਜਾਣਦੇ ਹੋ? ਸੁਦਾਮ ਹੁਸੈਨ ਵੀ ਕਹਿੰਦੇ ਜਦੋਂ ਫਾਂਸੀ ਦੇਣ ਲੱਗੇ ਕਹਿੰਦੇ ਮੂੰਹ ਤੇ ਕੱਪੜਾ ਪਾਲੀਏ, ਕਹਿੰਦਾ ਨਹੀਂ ਐਂ ਚੱਲਣ ਦਿਓ, ਜੱਟ ਬੰਦਾ ਸੀ। ਸੁਦਾਮ ਹੁਸੈਨ ਵੀ ਇੱਕ ਦਿਨ ਮੁਲਕ ਦਾ ਰਾਜਾ ਸੀ, ਪਰ ਪਤਾ ਕੀ ਹੋਇਆ ਸੀ, ਤਖਤੋਂ ਹੇਠ ਉਤਾਰ ਲਿਆ ਸੌਦੇ ਤਕਦੀਰਾਂ ਦੇ, ਤਖਤੋਂ ਹੇਠ ਉਤਾਰ ਲਿਆ ਸੌਦੇ ਤਕਦੀਰਾਂ ਦੇ, ਤਖਤੋਂ ਹੇਠ ਉਤਾਰ ਲਿਆ ਸੌਦੇ ਤਕਦੀਰਾਂ ਦੇ, ਤਖਤੋਂ ਹੇਠ ਉਤਾਰ ਲਿਆ ਸੌਦੇ ਤਕਦੀਰਾਂ ਦੇ। ਅੱਜ ਰੌਲਾ ਪਤਾ ਕੀ ਪਿਆ, ਇਹਨੂੰ ਮੈਂ ਪੇਮੈਂਟ ਪਹਿਲਾਂ ਦੇ ਆਈ ਨਹੀਂ, ਹੁਣ ਇਹਨੂੰ ਸੈੱਟ ਕਰ ਲਾ। ਸੋ ਭਾਈ ਜੀਵਨਜੋਤ ਸਿੰਘ ਦਈਆ ਤੇ ਸਾਡੀ ਭੈਣ ਜਸਵਿੰਦਰ ਕੌਰ ਵੱਲੋਂ ਬਹੁਤ ਸਾਰਾ ਮਾਣ, ਧੰਨਵਾਦ ਕਰਦੇ ਹਾਂ। ਹੋਰ ਰੱਬ ਦੇ ਘਰ ਦੀ ਖਾ ਕੇ ਰੱਬ ਨੂੰ ਬਖਸ਼ਿਆ ਨਹੀਂ, ਉਹ ਗੰਗੂ ਪੈਰ ਗੁਜ਼ਾਰ ਗਿਆ ਸੌਦੇ ਤਕਦੀਰਾਂ ਦੇ। ਭਗਤ ਸਰਾਪਾ ਉਦਮ ਦੇਸ਼ ਤੋਂ ਜਾਨਾ ਮਾਰ ਗਏ, ਪਰ ਬਈ ਪਤਾ ਕੀ ਹੋਇਆ ਸੀ, ਅੰਗਰੇਜ਼ ਮੁਲਕ ਨੂੰ ਪਾੜ ਗਿਆ ਸੌਦੇ ਤਕਦੀਰਾਂ ਦੇ, ਅੰਗਰੇਜ਼ ਮੁਲਕ ਨੂੰ ਪਾੜ ਗਿਆ ਸੌਦੇ ਤਕਦੀਰਾਂ ਦੇ, ਅੰਗਰੇਜ਼ ਮੁਲਕ ਨੂੰ ਪਾੜ ਗਿਆ ਸੌਦੇ ਤਕਦੀਰਾਂ ਦੇ। ਕਿਸਾਨ ਪੰਜਾਬ ਦਾ ਸਲਫਾਸੀ ਖਾ ਕੇ ਸਾਰ ਰਿਹਾ ਸੌਦੇ ਤਕਦੀਰਾਂ ਦੇ, ਉਹ ਹਿੰਦੁਸਤਾਨ ਦੀ ਧਰਤੀ ਤੇ ਹੈ ਜਾਣ ਅਮੀਰਾਂ ਦਾ, ਹਿੰਦੁਸਤਾਨ ਦੀ ਧਰਤੀ ਤੇ ਹੈ ਜਾਣ ਅਮੀਰਾਂ ਦਾ, ਪਰ ਰੱਬ ਗਰੀਬ ਦੀ ਸਾਰ ਰਿਹਾ ਸੌਦੇ ਤਕਦੀਰਾਂ ਦੇ, ਰੱਬ ਗਰੀਬ ਦੀ ਸਾਰ ਰਿਹਾ ਸੌਦੇ ਤਕਦੀਰਾਂ ਦੇ, ਰੱਬ ਗਰੀਬ ਦੀ ਸਾਰ ਰਿਹਾ ਸੌਦੇ ਤਕਦੀਰਾਂ ਦੇ। Oh,
ਜੀ ਅਗਲੀ ਗੱਲ ਮੈਂ ਸਮਝਾਉਣੀ ਨਹੀਂ, ਤੁਸੀਂ ਆਪ ਸਮਝਣੀ ਹੈ ਯੋਧਾ ਜੀ, ਤੁਸੀਂ ਆਪ ਸਮਝਣੀ ਹੈ। ਕੁੱਕੜੀ ਜਿਸ ਕਰ ਪਾਂਗਾ ਦੇਵੇ ਉੱਚੀਆਂ ਕੁੱਕੜਾਂ ਤੋਂ, ਕੁੱਕੜੀ ਜਿਸ ਕਰ ਕੁੱਕੜੀ, ਇਹ ਬਾਈ ਸਮਝ ਨਹੀਂ ਤੁਸੀਂ ਆਪ, ਮੈਂ ਸਮਝਾਉਣੀ ਨਹੀਂ। ਕੁੱਕੜੀ ਜਿਸ ਕਰ ਪਾਂਗਾ ਦੇਵੇ ਕੁੜੀ, ਜਿਸ ਕਰ ਬਾਂਗਾ ਦੇਵੇ ਉੱਚੀਆਂ ਕੁੱਕੜਾਂ ਤੋਂ, ਸਮਝੋ ਘਰ ਬਰਬਾਦ ਹੋਇਆ ਸੌਦੇ ਤਕਦੀਰਾਂ ਦੇ। ਉਹ ਪੰਜ ਪੰਜ ਪੁੱਤਰ ਹੁੰਦਿਆਂ ਵੀ, ਉਹ ਪੰਜ ਪੰਜ ਪੁੱਤਰ ਹੁੰਦਿਆਂ ਵੀ ਮਾਂ ਪਿਓ ਠੇਡੇ ਖਾਵਣ ਦੇ, ਸਾਵਣ ਪੁੱਤਰ ਹੀ ਲੱਭਦੇ ਤਾਂ ਸੌਦੇ ਤਕਦੀਰਾਂ ਦੇ, ਸਾਵਣ ਪੁੱਤਰ ਹੀ ਲੱਭਦੇ ਤਾਂ ਸੌਦੇ ਤਕਦੀਰਾਂ ਦੇ, ਸਾਵਣ ਪੁੱਤਰ ਹੀ ਲੱਭਦੇ ਤਾਂ ਸੌਦੇ ਤਕਦੀਰਾਂ ਦੇ। ਸਾਡੇ ਮਾਮਾ ਜੀ ਬਹੁਤ ਸਾਰਾ ਮਾਣ, ਛੋਟੇ ਮਾਮਾ ਜੀ ਕਿੱਥੇ ਹੈ, ਪਿੰਡ ਹੈ, ਇਹ ਗਲਤ ਗੱਲ ਹੈ।